ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੋਤਾਜ ਦਾ ਪ੍ਰੋਗਰਾਮ ਜ ਤੁਹਾਂ ਦਾ ਸਵਾਗਤ ਹੈ ਜੀ ਪੰਜਾਬ ਚ ਪ੍ਰਾਲੀ ਤੇ ਪ੍ਰਾਲੀ ਸੰਭਾਲਣ ਨੂੰ ਵੱਖੋ ਵੱਖੀਲੇ ਵਸੀਲੇ ਸਰਕਾਰੀ ਦਾਵੇ ਬਾਦੇ ਸਭ ਹਵਾ ਹੁੰਦੇ ਰਹੇ ਤੇ ਪ੍ਰਾਲੀ ਸੰਭਾਲਣ ਦੇ ਲਈ ਪ੍ਰਾਈਵੇਟ ਕੰਪਨੀਆਂ ਦੀਆਂ ਮਸ਼ੀਨਾਂ ਕੰਮ ਕਰਦੀਆਂ ਨਜ਼ਰ ਆਈਆਂ ਜਾਂ ਫਿਰ ਅੱਗ ਲੱਗਦੀ ਨਜ਼ਰ ਆਈ ਤੇ ਜੀ ਨੂੰ ਲੈ ਕੇ ਦਿੱਲੀ ਨੂੰ ਪੰਜਾਬ ਨੂੰ ਭੰਨਣ ਦਾ ਮੌਕਾ ਮਿਲਦਾ ਰਿਹਾ ਇਹ ਸਭ ਦੇ ਦਰਮਿਆਨ ਸਰਕਾਰੀ ਮਸ਼ੀਨਰੀ ਦਾ ਗੋਲ ਹੋ ਜਾਣਾ ਗਾਇਬ ਹੋ ਜਾਣਾ 140 ਕਰੋੜ ਦੇ ਕੱਪੜੇ ਦਾ ਸਾਹਮਣੇ ਆ ਜਾਣਾ ਨਵੀਂ ਚੁਣੌਤੀ ਨਵੇਂ ਸਵਾਲ ਪੈਦਾ ਕਰਦਾ ਪਰਾਲੀ ਕਹਿੰਦੇ ਜੀ 2021-22 ਤੇ 2022-23 ਦੇ ਦਰਮਿਆਨ ਪੰਜਾਬ ਚ ਪਰਾਲੀ ਸੰਭਾਲਣ ਦੇ ਲਈ ਕੇਂਦਰ ਨੇ ਸਬਸਿਡੀ ਤੇ ਮਸ਼ੀਨ ਖਰੀਦੀ ਦੀ ਕਾਰਵਾਈ ਪਾਈ ਤੇ ਉਸ ਮਸ਼ੀਨ ਖਰੀਦੀ ਦੇ ਦਰਮਿਆਨ ਹੀ 11000 ਮਸ਼ੀਨਾਂ ਕਾਗਜ਼ 'ਚ ਪਰਾਲੀ ਸੰਭਾਲਣ ਲਈ ਖਰੀਦੀਆਂ ਗਈਆਂ ਤੇ ਕਾਗਜ਼ਾਂ 'ਚ ਕਿਸਾਨਾਂ ਕੋਲ ਪਹੁੰਚ ਗਈਆਂ ਤੇ ਜਦੋਂ ਟੀਮਾਂ ਨੇ ਆ ਕੇ ਪੁੱਛਿਆ ਤੇ ਮਸ਼ੀਨ ਲੱਭੀ ਨਹੀਂ ਮਸ਼ੀਨ ਹੈ ਨਹੀਂ ਕਾਰਨ ਕਾਗਜੀ ਬਿਲਾਾਂ ਦੇ ਵਿੱਚ ਕਿ ਉਹਦੇ ਨਾਂ ਤੇ ਸਬਸਿਡੀ ਦਾ ਮਸਲਾ ਸੀ ਤੇ ਉਹ ਸਬਸਿਡੀ ਦਾ 140 ਕਰੋੜ ਰੁਪਇਆ ਕਹਿੰਦੇ ਗੋਲ ਹੋ ਗਿਆ ਜੀ ਤੇ ਹੁਣ ਇਸ ਪਹਿਲੂ ਦੇ ਉਜਾਗਰ ਹੋਣ ਤੋਂ ਬਾਅਦ ਕੇਂਦਰ ਨੇ ਕਹਿੰਦੇ ਅਗਲੇ ਪੜਾਵਾਂ ਦੀ ਅਗਲੇ ਹੋਰ ਪ੍ਰਬੰਧਾਂ ਲਈ ਜਾਂ ਕਿਸਾਨੀ ਨਾਲ ਸੰਬੰਧਿਤ ਹੋਰ ਤਰ੍ਹਾਂ ਦੀਆਂ ਸਬਸਿਡੀਆਂ ਦਾ 350 ਕਰੋੜ ਰੋਕ ਲਿਆ 350 ਕਰੋੜ ਪੰਜਾਬ ਦਾ ਰੁਕ ਗਿਆ ਜੀ ਵੈਸੇ ਤਾਂ ਕੇਂਦਰ ਨੇ ਪਿੰਡੂ ਵਿਕਾਸ ਫੰਡ ਸਾਡਾ ਰੋਕਿਆ ਹੋਇਆ ਜਿਹਦੇ ਨਾਲ ਮਸਲਾ ਖੜਾ ਹੈ ਕਿ ਸਾਡੀਆਂ ਮੰਡੀਆਂ ਦਾ ਹਿਸਾਬ ਕਿਤਾਬੇ ਮੁਕਿਆਣਾ ਮੰਡੀਆਂ ਵੈਸੇ ਹੁਣ ਵੀ ਕਹਿੰਦੇ ਜੀ ਬੰਦ ਹੋ ਗਈਆਂ ਉਧਰ ਝੋਨਾ ਜੇ ਖੜਾ ਹੈ ਕਿਉਂਕਿ ਹੜ ਕਰਨ ਮੀਂਹ ਦੀ ਮਾਰ ਕਰਨ ਕਈ ਥਾਵਾਂ ਤੇ ਦੇਰੀ ਨਾਲ ਵੀ ਲੱਗਿਆ ਸੋ ਪਰ ਕਹਿੰਦੇ ਜੀ ਇਧਰ ਮੰਡੀਆਂ ਬੰਦ ਤੇ ਦੂਸਰੇ ਪਾਸੇ ਹੁਣ ਆ ਪਿੰਡੂ ਵਿਕਾਸ ਫੰਡ ਸਾਡਾ ਅੜਿਆ ਹੋਇਆ ਸੀ ਤੀਸਰੇ ਪਾਸੇ ਜੀਐਸਟੀ ਦਾ ਸਮੇਂ-ਸਮੇਂ ਅਦਾਇਗੀ ਨਹੀਂ ਹੁੰਦੀ ਕੇਂਦਰ ਵੱਲੋਂ ਤੇ ਪਰ ਹੁਣਾਂ ਨਵਾਂ ਮਾਮਲਾ ਜਾਗਰ ਹੋਇਆ ਕਿ ਪੰਜਾਬ ਦੇ ਅੰਦਰ ਪਰਾਲੀ ਸੰਭਾਲਣ ਲਈ ਕੇਂਦਰੀ ਸਹਾਇਤਾ ਰਾਸ਼ੀ ਨਾਲ ਜਿਹੜੀਆਂ ਸਬਸਿਡੀ ਮਸ਼ੀਨਾਂ ਸੀ ਉਹ 11000 ਤੋਂ ਵੱਧ ਮਸ਼ੀਨਾਂ ਖੁਰਦ-ਬੁਰਦ ਨੇ ਜਾਂ ਉਹ ਖਰੀਦੀਆਂ ਹੀ ਨਹੀਂ ਗਈਆਂ ਕਾਗਜ਼ਾਂ 'ਚ ਬਿੱਲ ਬਣੇ ਤੇ ਕਾਗਜ਼ਾਂ 'ਚ ਉਹ ਅਲਾਟ ਹੋ ਗਈਆਂ ਕਾਗਜ਼ਾਂ 'ਚ ਪਿੰਡਾਂ 'ਚ ਪਹੁੰਚ ਗਈਆਂ ਕਾਗਜ਼ਾਂ 'ਚ ਉਹਨਾਂ ਨੇ ਪਰਾਲੀ ਸੰਭਾਲ ਲਈ ਤੇ ਜਦੋਂ ਧਰਥਲ ਤੇ ਸੀ ਨਹੀਂ ਤੇ ਜਦੋਂ ਕੇਂਦਰੀ ਟੀਮਾਂ ਲੱਭਣਾਈਆਂ ਫਿਰ ਲੱਭੀਆਂ ਗਈਆਂ ਹੁਣ ਇਸ ਪਹਿਲੂ ਤੇ ਪਿਛਲੇ ਸਮੇਂ ਦੀਆਂ ਸਰਕਾਰਾਂ ਦੇ ਸਮੇਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਚ ਆ ਗਈ ਉਹਨਾਂ ਦੇ ਅਫਸਰ ਅਧਿਕਾਰੀ ਸਵਾਲਾਂ ਦੇ ਘੇਰੇ ਚ ਆ ਗਏ ਤੇ ਪੰਜਾਬ ਸਰਕਾਰ ਨੇ ਆਪਣੇ ਪੱਧਰ ਤੇ ਵਿਜੀਲੈਂਸ ਰਾਹੀਂ ਜਾਂਚ ਵੀ ਵਿੜਤੀ ਪਰ ਉਧਰ ਕੇਂਦਰ ਨੇ ਆਪਣੀਆਂ ਟੀਮਾਂ ਵੀ ਭੇਜਤੀਆਂ 12 ਦੇ ਕਰੀਬ ਟੀਮਾਂ ਇਸੇ ਤਰ੍ਹਾਂ ਦੀ ਜਾਂਚ ਪੜਤਾਲ ਹਰਿਆਣੇ ਚ ਕਰ ਰਹੀਆਂ ਨੇ ਕਿਉਂਕਿ ਉੱਥੇ ਵੀ ਇਹ ਖੇਡ ਹੋਇਆ ਤੇ 16 ਦੇ ਕਰੀਬ ਟੀਮਾਂ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਚ ਫਿਰ ਰਹੀਆਂ ਨੇ ਕਿਸੇ ਵੀ ਪਿੰਡ ਕਿਸੇ ਵੀ ਥਾਂ ਆਚਾਂਚੇਤ ਪਹੁੰਚਦਿਆਂ ਨੇ ਤੇ ਫਿਰ ਖੇਤੀ ਵਿਭਾਗ ਦੇ ਅਧਿਕਾਰੀਆਂ ਅਫਸਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕੇਂਦਰੀ ਟੀਮ ਆ ਗਈ। ਸੋ 350 ਕਰੋੜ ਸਾਡਾ ਰੁਕ ਗਿਆ 140 ਕਰੋੜ ਦਾ ਘਪਲਾ ਤੇ ਇਧਰ ਪਰਾਲੀ ਸੰਭਾਲਣ ਵਾਲੀਆਂ ਦਾਅਵੇ ਵਾਦੇ ਸਭ ਹਵਾ ਕੋਈ ਕਹਿੰਦਾ ਸੀ ਜੀ ਬਾਇਓ ਕੰਪੋਜ਼ਰ ਹੈਗਾ ਸਾਡੇ ਕੋਲ ਪਰਾਲੀ ਦੇ ਉੱਤੇ ਛੜਕੋ ਪਰਾਲੀ ਖੇਤਾਂ 'ਚ ਮਰਜ ਖੇਤਾਂ 'ਚ ਖਤਮ ਹੈ ਉਹ ਨਾਲ ਖੇਤ ਦੀ ਉਪਜਾਊ ਸ਼ਕਤੀ ਵਾਜੂ ਹੈ ਤੇ 1 ਲੀਟਰ ਮਲਾਉਣਾ 10 ਲੀਟਰ 'ਚ ਪਾਣੀ ਮੰਗ ਛੜਕਾ ਕਰਨਾ ਸਾਡੇ ਵਿਗਿਆਨੀਆਂ ਲੱਭ ਲਿਆ ਸਾਨੂੰ ਮਿਲ ਗਿਆ ਜੀ ਉਹ ਬਾਇਓ ਕੰਪੋਜ਼ਰ ਨਹੀਂ ਲੱਭਿਆ ਹੈ ਇਧਰ ਕੇਂਦਰ ਦੀਆਂ ਉਹ ਮਸ਼ੀਨਾਂ ਨਹੀਂ ਲੱਭਦੀਆਂ ਸੋ ਪਰਾਲੀ ਆਪਣੇ ਆਪ 'ਚ ਇੱਕ ਵੱਡਾ ਪਹਿਲੂ ਹੈ ਪਰ ਇਸ ਪਹਿਲੂ ਦੇ ਨਾਲ ਇੱਕ ਸਵਾਲ ਖੜਾ ਹੈ ਕਿ ਜੇ ਤੁਸੀਂ ਕਹਿੰਦੇ ਹੋ ਸੀ 1100 ਕਰੋੜ ਦੀ ਸਬਸਿਡੀ ਪਹਿਲਾਂ ਦੇਤੀ ਜੀ 140 ਕਰੋੜ ਦੀ ਸਬਸਿਡੀ ਦਾ ਘਪਲਾ ਹੋ ਗਿਆ ਜੀ 350 ਕਰੋੜ ਦੀ ਸਬਸਿਡੀ ਹੋਰ ਪਈਆ ਜੀ ਇਹ ਸਾਰਾ ਕੁਝ ਅਸੀਂ ਮਸ਼ੀਨਰੀ ਖਰੀਦ ਲਈ ਦੰਨੇ ਆ ਜੀ ਤਾਂ ਕਿ ਪਰਾਲੀ ਸੰਭਾਲੀ ਜਾ ਸਕੇ ਤੇ ਜਦੋਂ ਕਿਸਾਨ ਜਥੇਬੰਦੀਆਂ ਕਹਿੰਦੀਆਂ ਕਿਸਾਨ ਕਹਿੰਦਾ ਕਿ ਸਾਨੂੰ ਪ੍ਰਤੀ ਕੁਆਂਟਿਟੀ ਪਿੱਛੇ 100 ਰੁਪਏ ਹੀ ਹੋਰ ਦੇ ਦਿਓ ਜਦੋਂ ਤੁਸੀਂ ਉਹਨਾਂ ਦਾ ਝੋਨਾ ਕਣਕ ਚੱਕ ਦਿਓ ਐਮਐਸਪੀ ਤੇ ਤੇ ਉਹਦੇ ਨਾਲ ਪਰਾਲੀ ਸੰਭਾਲਣ ਦਾ ਵੀ ਉਹਨਾਂ ਨੂੰ ਦੇ ਦਿਓ ਕਿ ਆਹ ਭਾਈ ਤੇਰੀ ਝੋਨੇ ਦੀ ਐਮਐਸਪੀ ਦੇ ਨਾਲ ਪਲੱਸ ਆ ਜਿੰਨੇ ਕਵਾਂਟਲ ਆਇਆ ਉਨੇ ਗੁਣਾ 100 ਹੋਰ ਚੱਕ ਪਰ ਪਰਾਲੀ ਤਾਂ ਸੰਭਾਲਣੀ ਆ ਤੇ ਫਿਰ ਸਰਕਾਰਾਂ ਦਾ ਮਸਲਾ ਹੱਲ ਹੁੰਦਾ ਜਨਾਬ ਤੇ ਕਿਸਾਨ ਆਪਣੀ ਪਰਾਲੀ ਆਪ ਸੰਭਾਲਣ ਦੇ ਲਈ ਫਿਰ ਜਤਨਸ਼ੀਲ ਆ ਉਹ ਨਹੀਂ ਦੇਣਾ 100 ਰੁਪਇਆ ਪ੍ਰਤੀ ਕਵਾਂਟਲ ਜਾਂ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਹੁੰਦੇ ਸੀ ਕਿ 4-5000 ਪ੍ਰਤੀ ਏਕੜ ਦੇ ਹਿਸਾਬ ਨਾਲ ਦੇ ਦਿਓ ਇੰਨਾ ਕੀ ਵੀ ਦੇ ਦਿਓ ਤਾਂ ਵੀ ਸੰਭਲਾਂਗੇ ਉਹ ਲੈ ਲੈਂਦੇ ਤੇ ਪਰ ਤੁਸੀਂ ਤਾਂ ਬਾਇਓ ਕੰਪੋਜ਼ਰ ਦਾ ਵੀ ਫਾਰਮੂਲਾ ਥੋੜਾ ਹੀ ਸੀ ਤੁਸੀਂ ਤਾਂ ਖੇਤਾਂ 'ਚੋਂ ਪਰਾਲੀ ਚੱਕਣ ਤੱਕ ਦੀਆਂ ਗੱਲਾਂ ਕਰਦੇ ਸੀ ਉਹ ਵੀ ਤੁਹਾਡਾ ਸੀ ਉਹ ਵੀ ਨਹੀਂ ਹੋਇਆ ਸੋ ਇਸ ਲਈ ਕੇਂਦਰ ਮਸ਼ੀਨਾਂ ਤੇ ਤਾਂ ਪੈਸੇ ਖਰਚ ਸਕਦਾ ਹੈ ਮਸ਼ੀਨਾਂ ਦੀ ਸਬਸਿਡੀ ਦੇ ਉੱਤੇ ਤਾਂ ਅਤੇਗੀਆਂ ਕਰ ਸਕਦਾ ਹੈ ਕਿਉਂਕਿ ਕੰਪਨੀਆਂ ਦਾ ਮਾਲ ਵਿਕਣਾ ਹੈ ਕਾਰਪਟ ਘਰਾਣਿਆਂ ਦੀਆਂ ਮਸ਼ੀਨਾਂ ਵਿਕਣੀਆਂ ਹਨ ਉਹਨਾਂ ਆਦਾਰਿਆਂ ਨੂੰ ਫਾਇਦਾ ਹੋਣਾ ਹੈ بڑے ਘਰਾਣਿਆਂ ਨੂੰ ਫਾਇਦਾ ਹੋਣਾ ਹੈ ਕਿਸਾਨ ਨੂੰ 100 ਰੁਪਏ ਨਹੀਂ ਦੇਣਾ ਪਰਤੀ ਕੌਂਟਲ ਦੇ ਹਿਸਾਬ ਨਾਲ ਕੋਈ ਪ੍ਰਾਈਸ ਵਾੜ ਲਵੇ ਤੇ ਹੁਣ ਜਿਹੜੀਆਂ 16 ਟੀਮੀਆਂ ਪੰਜਾਬ ਭੇਜੀਆਂ ਉਹ ਜਨਾਬ ਰੋਟੀ ਪਾਣੀ ਵੀ ਖਾਣਗੀਆਂ ਉਹ ਕਿਸੇ ਹੋਟਲ ਰੈਸਟੋਰੈਂਟਾਂ 'ਚ ਰਹਿਣ ਗਿਆ ਸਹਿਣ ਗਿਆ ਵੀ ਹਨਾ ਉਹ ਨਾਈ ਤੋਂ ਹੀ ਵੀ ਕਰਨ ਗਿਆ ਉਹ ਕਾਰਾਂ ਗੱਡੀਆਂ 'ਚ ਆਉਣ ਜਾਣ ਗਿਆ ਵੀ ਉਹਨਾਂ ਦਾ ਟੀਏ ਉਹਨਾਂ ਦਾ ਡੀਏ ਉਹਨਾਂ ਦਾ ਰੋਟੀ ਪਾਣੀ ਰਹਿਣ ਸਹਿਣ ਸਭ ਖਰਚਾ ਕਿਤੇ ਫਿਰ ਪੈਣਾ ਜਨਾਬ ਚਾਹੇ ਕੇਂਦਰ ਦੇ ਦੇਵੇ ਚਾਹੇ ਪੰਜਾਬ ਦੇ ਦੇਵੇ ਖਜ਼ਾਨਾ ਤਾਂ ਲੋਕਾਂ ਦੇ ਟੈਕਸ ਨਾਲ ਹੀ ਭਰਦੇ ਹੋ ਨਾ ਸੋ ਇਹ ਇਸ ਲਈ ਆ ਸਾਰਾ ਕੁਝ ਕਰਨ ਦੀ ਬਜਾਏ ਜੇਕਰ ਪ੍ਰਾਲੀ ਸੰਭਾਲਣ ਦੀ ਜ਼ਿੰਮੇਵਾਰੀ ਕਿਸਾਨ ਨੂੰ ਦੇ ਕੇ ਉਹਨੂੰ ਬਣਦੀ ਉਹਦੀ ਰਹਿਗੀ ਦੇ ਦੇਉ ਤੇ ਕਿੰਨਾ ਕੁ ਬਸ ਇਹੀ ਤਾਂ ਗੱਲ ਹੈ ਕਿ ਫਿਰ ਕਾਰਪੋਰੇਟ ਵਾਲੀਆਂ ਗੱਲਾਂ ਕਰਨੀਆਂ ਤੇ ਕਾਰਪੋਰੇਟਲ ਢੰਗ ਤਰੀਕੇ ਅਪਣਾਉਣੇ ਪਰ ਉਹਨਾਂ ਇੱਕ ਨਵਾਂ ਪਹਿਲੂ ਉੱਪਰ ਕਿ ਆ ਗਿਆ ਕਿ ਪਾਈ 140 ਕਰੋੜ ਦਾ ਕਪੜਾ ਤੇ 350 ਕਰੋੜ ਸਾਡਾ ਰੁਕ ਗਿਆ ਚਲੋ ਇਹ ਤਾਂ ਗੱਲ ਹੋਈ ਪਰਾਲੀ ਦੇ ਹਵਾਲੇ ਨਾਲ ਇੱਧਰ ਇੱਕ ਚੰਗਾ ਕਾਰਜ ਪੰਜਾਬ ਸਰਕਾਰ ਕਰਨ ਜਾ ਰਹੀ ਆ ਖੇਡ ਵਿਭਾਗ ਦੇ ਹਵਾਲੇ ਨਾਲ ਖੇਡ ਐਸੋਸੀਏਸ਼ਨਾਂ ਦੇ ਹਵਾਲੇ ਨਾਲ ਪੰਜਾਬ ਦੀਆਂ ਸਮੂਚੀਆਂ ਖੇਡ ਐਸੋਸੀਏਸ਼ਨਾਂ ਭੰਗ ਹੋਣਗੀਆਂ। ਉਹਨਾਂ ਦੇ ਉੱਤੇ ਲੰਬੇ ਸਮੇਂ ਤੋਂ ਕਾਬਜ਼ ਚੱਲੇ ਆਉਂਦੇ ਸਿਆਸਤਦਾਨਾਂ ਤੋਂ ਕੁਰਸੀਆਂ ਖਾਲੀ ਕਰਾਈਆਂ ਜਾਣਗੀਆਂ। ਖੇਡ ਐਸੋਸੀਏਸ਼ਨਾਂ 'ਚ ਖਿਡਾਰੀਆਂ ਹੋਣੇ ਚਾਹੀਦੇ ਨੇ। ਖੇਡ ਐਸੋਸੀਏਸ਼ਨਾਂ 'ਚ ਖੇਡ ਨਾਲ ਸੰਬੰਧਿਤ ਲੋਕ ਹੀ ਹੋਣੇ ਚਾਹੀਦੇ ਨੇ। ਖੇਡ ਐਸੋਸੀਏਸ਼ਨਾਂ 'ਚ ਕੋਚ, ਤਕਨੀਕੀ ਮਾਰ ਉਹੀ ਹੋਣੇ ਚਾਹੀਦੇ ਨੇ। ਪਰ ਇੱਥੇ ਅੱਛਾ ਐਮ.ਐਲ.ਏ ਨਹੀਂ ਬਣਿਆ ਤਾਂ ਇੱਧਰ ਖੇਡ ਐਸੋਸੀਏਸ਼ਨ ਦਾ ਮੁਖੀ ਬਣ ਜਾ। ਅੱਛਾ ਐਮਸੀ ਨਹੀਂ ਬਣਿਆ ਖੇਡ ਐਸੋਸੀਏਸ਼ਨ ਦਾ ਮੈਂਬਰ ਬਣ ਜਾ। ਸੋ ਇਹ ਮੂੰਹ ਦੇਖ ਕੇ ਟਿੱਕੇ ਲਾਉਣ ਵਾਲਾ ਜਿਹੜਾ ਕਾਂਗਰਸ ਖਾਲੀਆਂ ਬੀਜੇਪੀ ਦੇ ਸਮੇਂ ਤੋਂ ਰਵਾਜ ਚੱਲਿਆ ਆਉਂਦਾ ਆ ਆਦਮੀ ਪਾਰਟੀਆਂ ਦੀ ਉਹ ਧੋਣਾ ਸੀ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਹਵਾਲੇ ਨਾਲ ਖੇਡ ਵਿਭਾਗ ਦੀ ਅਗਵਾਈ ਕਰ ਰਹੇ ਮੀਥੇਰ ਨੇ ਕਹਿੰਦੇ ਫੈਸਲਾ ਲੈ ਲਿਆ। ਪੈਸੇ ਮੀਥੇਰ ਨੂੰ ਲੈ ਕੇ ਪੰਜਾਬ 'ਚ ਕਾਸੀਆਂ ਉਮੀਦਾਂ ਵੀ ਨੇ ਕਿ ਉਹ ਬਾਕੀ ਕੈਬਨਿਟ ਤੋਂ ਵੱਖਰੇ ਨੇ ਹੈਨਾ ਦਿੱਲੀ ਦੇ ਦਬਾਅ ਤੋਂ ਵੱਖਰੇ ਨੇ। ਉਹ ਉਹ ਸਲਾਹ ਨਾਲ ਚੱਲਦੇ ਨੇ رائے ਨਾਲ ਚੱਲਦੇ ਨੇ ਖਾਸੀਆਂ ਗੱਲਾਂ ਚੱਲਦੀਆਂ ਹੁਣ ਦੇਖਣਾ ਹੋਊਗਾ ਕਿ ਇਸ ਮਾਮਲੇ 'ਚ ਉਹ ਅਮਲੀ ਜਮਾ ਪਹਿਨਾ ਵੀ ਪਾਉਂਦੇ ਨੇ ਕਿ ਇਸ ਖੇਡ ਐਸੋਸੀਏਸ਼ਨਾਂ ਨੂੰ ਜਿਹਨੂੰ ਸਿਆਸਤ ਤੋਂ ਮੁਕਤ ਸਿਆਸਤਦਾਨਾਂ ਤੋਂ ਮੁਕਤ ਕਰਾਉਣ ਦੀ ਗੱਲ ਕਰ ਰਹੇ ਨੇ ਕਿ ਉਹ ਸਿਆਸਤ ਤੋਂ ਮੁਕਤ ਵੀ ਰੱਖ ਸਕਣਗੇ ਜਾਂ ਨਹੀਂ ਹੁਣ ਜੋ ਹੋਣ ਜਾ ਰਿਹਾ ਪਹਿਲਾਂ ਦੋ ਸਮਝੋ ਹੁਣ ਇਹ ਜਾ ਰਿਹਾ ਕਿ ਪੰਜਾਬ ਦੀਆਂ ਸਮੂਚੀਆਂ ਖੇਡ ਐਸੋਸੀਏਸ਼ਨਾਂ ਨੂੰ ਭੰਗ ਕੀਤਾ ਜਾਣਾ ਭੰਗ ਕਰਕੇ ਦਾਵਾ ਇਹ ਸਰਕਾਰ ਦਾ ਮੈਂ ਖੇਡ ਵਿਭਾਗ ਦਾ ਮੰਤਰੀ ਮੀਥੇਰ ਹੋਰਾਂ ਦਾ ਕਿ ਜਿਹੜੇ ਖਿਡਾਰੀ ਰਹੇ ਨੇ ਜਿਨ੍ਹਾਂ ਨੇ ਨੈਸ਼ਨਲ ਇੰਟਰਨੈਸ਼ਨਲ ਜਾਂ ਹੋਰ ਪੱਧਰਾਂ ਤੇ ਖੇਡਾਂ ਚ ਭਾਗ ਲਿਆ ਉਹ ਜਿਹੜੀ ਜਿਹੜੀ ਖੇਡ ਨਾਲ ਸੰਬੰਧਤ ਨੇ ਉਹਨਾਂ ਨੂੰ ਹੀ ਇਹਨਾਂ ਖੇਡ ਐਸੋਸੀਏਸ਼ਨਾਂ ਚ ਮੈਂਬਰ ਲੈ ਕੇ ਪ੍ਰਧਾਨ ਤੇ ਉਦੇਦਾਰ ਬਣਾਇਆ ਜਾਊਗਾ। ਤੇ ਇਹਦਾ ਮਤਲਬ ਸਿਆਸਤਦਾਨਾਂ ਤਾਂ ਛੁੱਟੀ ਆ। ਹੁਣ ਤੱਕ ਕਾਂਗਰਸੀਏ ਆਪ ਕਾਂਗਰਸੀਆਂ ਦੇ ਰਿਸ਼ਤੇਦਾਰ ਚਾਹਤੇ ਨੇੜਲੇ ਅਕਾਲੀ ਭਾਜਪਾਵਾਵਾਂ ਦੇ ਹੈ ਨਾ ਉਹਨਾਂ ਦੇ ਤੇ ਕਬਜ਼ਾ ਹੁਣ ਵੀ ਵਰਕਰਾਂ ਹੁਣ ਵੀ ਉਹ ਲੀਡਰ ਮੌਜੂਦ ਨੇ ਸੋ ਇਹਨਾਂ ਸਾਰਿਆਂ ਨੂੰ ਬਾਹਰ ਕਰਨ ਦੀ ਤਿਆਰੀ ਹੈ ਜੀ ਭੰਗ ਕਰਕੇ ਨੂੰ ਨਮਾਸਲ ਦੇ ਵਿੱਚ ਕੇਂਦਰ ਨੇ ਪਿਛਲੇ ਦਿਨੀ ਇਹ ਤੈਅ ਕੀਤਾ ਸੀ ਕਿ ਘੱਟੋ-ਘੱਟ ਜਿਹੜਾ ਕੋਡ ਹੈ ਉਹ ਖੇਡ ਕੋਡ ਲਾਗੂ ਹੋਵੇ 스포츠 ਕੋਡ ਲਾਗੂ ਹੋਵੇ ਤੇ 스포츠 ਕੋਡ ਦੇ ਤਹਿਤ ਇਹਨਾਂ ਸਾਰਿਆਂ ਨੂੰ ਭੰਗ ਕਰਕੇ ਖਿਡਾਰੀਆਂ ਦੀ ਉਹ ਨੁਮਾਇੰਦਗੀ ਹੋਣੀ ਚਾਹੀਦੀ ਹੈ ਖੇਡ ਨਾਲ ਸੰਬੰਧਿਤ ਲੋਕਾਂ ਦੀ ਨੁਮਾਇੰਦਗੀ ਹੋਣੀ ਚਾਹੀਦੀ ਹੈ ਸੋ ਇਹ ਉੱਤਰਾਖੰਡ ਲਾਗੂ ਕਰ ਚੁੱਕਿਆ ਤੇ ਕੇਂਦਰ ਦਾ ਦਬਾਅ ਸਾਡੀ ਐਸੋਸੀਏਸ਼ਨਾਂ 'ਚ ਵੀ ਲਾਗੂ ਹੈ ਸੋ ਹੁਣ ਸੂਬਿਆਂ ਦੀ ਵਾਰੀ ਹੈ ਜਿਹਦੇ ਵਿੱਚੋਂ ਪੰਜਾਬ ਨੇ ਪਹਿਲ ਕਦਮੀ ਕੀਤੀ ਹੈ ਕਿ ਅਸੀਂ ਇਹਨੂੰ ਕਰਨ ਜਾ ਰਹੇ ਹਾਂ ਬਕਾਇਦਾ ਤੌਰ ਤੇ ਜਿਹੜਾ ਪ੍ਰਧਾਨ ਬਣੂਗਾ ਮੈਂਬਰ ਬਣੂਗਾ ਅਹੁਦੇਦਾਰ ਬਣੂਗਾ ਉਹ ਕਿਸੇ ਵੀ ਐਸੋਸੀਏਸ਼ਨ ਦਾ ਮੈਂਬਰ ਤੇ ਅਹੁਦੇਦਾਰ 3 ਸਾਲ ਤੋਂ ਵੱਧ ਨਹੀਂ ਰਹਿ ਸਕਦਾ ਲਗਾਤਾਰ ਜੇ ਪ੍ਰਧਾਨ ਹੈ ਤਾਂ ਵੀ 3 ਸਾਲ ਹੈ ਜੇ ਤੋੜ ਕੇ ਬਣਿਆ ਤਾਂ ਵੀ 3 ਸਾਲ ਹੈ ਕਿ 1 ਸਾਲ ਹੁਣ ਬਣ ਗਿਆ 2 ਸਾਲ ਬਾਅਦ ਫੇਰ ਬਣ ਗਿਆ 3 ਸਾਲ ਤੋਂ ਵੱਧ ਨਹੀਂ ਬਣ ਸਕਦਾ ਸੋ ਇਹ ਚੰਗੀ ਪਹਿਲ ਕਦਮੀ ਦੂਸਰਾ ਜਿਹੜਾ ਪੰਜਾਬ ਦੀ ਖੇੜ ਐਸੋਸੀਏਸ਼ਨ ਦਾ ਅਹੁਦੇਦਾਰ ਮੁਖੀ ਮੈਂਬਰ ਹੋਏਗਾ ਉਹ ਕਿਸੇ ਹੋਰ ਸੂਬੇ ਦੀ ਖੇਡ ਐਸੋਸੀਏਸ਼ਨਾਂ ਚ ਅਹੁਦੇਦਾਰ ਜਾਂ ਮੈਂਬਰ ਨਹੀਂ ਬਣੇਗਾ ਤਾਂ ਕਿ ਉਹਦਾ ਧਿਆਨ ਫੋਕਸ ਇੱਕੋ ਥਾਂ ਰਹੇ ਬਸ ਇਹਦੇ ਵਿੱਚ ਜਿਹੜਾ ਉਹਲਾ ਰਹਿ ਗਿਆ ਉਹ ਇਹ ਰਹਿ ਗਿਆ ਹੀ ਨਹੀਂ ਦੱਸਿਆ ਕਿ ਮੈਂਬਰ ਕੀ ਪੰਜਾਬ ਦੇ ਹੀ ਬਣਣਗੇ ਹਾਂ ਕਿਹ ਖੇਡਾਂ ਦੇ ਲਈ ਤੁਹਾਨੂੰ ਕੋਚ ਬਾਹਰਲੇ ਚਾਹੀਦੇ ਹੁੰਦੇ ਨੇ ਉਹ ਰੱਖੋ ਸਹਾਇਕ ਕੋਚ ਬਾਹਰਲੇ ਚਾਹੀਦੇ ਹੁਣ ਤਾਂ ਰੱਖੋ ਪਰ ਐਸੋਸੀਏਸ਼ਨਾਂ ਚ ਮੈਂਬਰ ਆਪਣੇ ਹੋਣ ਇੱਥੇ ਬਸ ਆ ਉਹ ਲਾਈਕ ਬਾਕੀ ਸਾਰਾ ਕੁਝ ਸਰਕਾਰ ਦੀ ਇਹ ਕਾਰਗੁਜ਼ਾਰੀ ਤੋਂ ਆਸ ਜਾਗੀ ਆ ਕਿ ਘਟੋ ਘਟ ਪੰਜਾਬ ਦੀਆਂ ਖੇਡ ਐਸੋਸੀਏਸ਼ਨਾਂ ਸਿਆਸਤਦਾਨਾਂ ਤੋਂ ਮੁਕਤ ਹੋ ਜਾਣਗੀਆਂ ਤੇ ਇਹਦੇ ਨਾਲ ਨਾਲ ਜੇਕਰ ਮੀਥੀ ਅਰੋਰੀ ਸਿਆਸਤ ਤੋਂ ਵੀ ਮੁਕਤ ਕਰ ਦੇਣ ਕਿ ਭਾਈ ਦਿੱਲੀ ਦੇ ਇਸ਼ਾਰੇ ਤੇ ਨਾ ਬੰਦੇ ਬਿਠਾਇਓ ਬਾਹਰਲੇ ਸੂਬਿਆਂ ਦੇ ਨਾ ਬਿਠਾਇਓ ਪੰਜਾਬ ਵਾਲੀ ਲਿਆਓ ਆਪਣੀ ਲਿਆਓ ਜਿਵੇਂ ਪ੍ਰਗਟ ਸਿੰਘ ਜਦੋਂ ਸਿਆਸਤ 'ਚ ਆਏ ਸੀ ਤਾਂ ਲੱਗਿਆ ਸੀ ਕਿ ਸ਼ਾਇਦ ਖੇਡ ਜਗਤ ਦਾ ਕੁਝ ਭਲਾ ਹੋ ਜੂਗਾ ਪਰ ਉਹਨਾਂ ਤੋਂ ਕੁਝ ਹੋਰ ਹੀ ਕਰਾਉਂਦੇ ਫਰੀਕੇ ਤੇ ਉਹ ਵੀ ਖੇਡ ਦੇ ਨਾਲ ਨਾਲ ਸਿਆਸਤ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਪਰ ਖੇਡ ਜਗਤ ਦਾ ਸੁਧਾਰਨੀਆਂ ਨੂੰ ਮੀਤਿਹਰ ਦੀ ਇਸ ਪਹਿਲ ਕਦਮੀ ਨੇ ਇੱਕ ਆਸ ਜਗਾਈਆ ਕਿ ਸ਼ਾਇਦ ਹੁਣ ਖੇਡ ਦਾ ਪੰਜਾਬ ਦੀਆਂ ਖਿਡਾਰੀਆਂ ਦਾ ਪੰਜਾਬ ਦੀਆਂ ਖੇਡਾਂ ਦਾ ਪੰਜਾਬ ਦੀਆਂ ਖੇਡ ਐਸੋਸੀਏਸ਼ਨਾਂ ਦਾ ਮਤਲਬ ਕੁਝ ਚੰਗਾ ਹੋ ਜਵੇ ਕੁਝ ਸਬਰ ਜਵੇ ਤੇ ਸਿਆਸਤ ਤੋਂ ਤੇ ਸਿਆਸਤਦਾਨਾਂ ਤੋਂ ਮੁਕਤ ਹੋ ਜਵੇ ਇਸ ਉਮੀਦ ਨਾਲ ਇੱਕ ਖਬਰ ਕਾਬਲੇ ਤਰੀਫ ਹੈ ਸਰਕਾਰ ਦੀ ਕਾਰਗੁਜ਼ਾਰੀ ਜੇਕਰ ਇਸੇ ਤਰ੍ਹਾਂ ਹੋਊ ਲਾਗੂ ਹੋਗੀ ਚਲੋ ਜੇਕਰ ਕਾਬਲੇ ਤਰੀਫ ਵਾਲਾ ਕੰਮ ਹੈ ਤਫਰੀਕ ਨਾਤਰੀ ਫੜਾ ਕੰਮ ਵੀ ਹੈਗਾ ਕਹਿੰਦੇ ਸਤਿੰਦਰ ਜੈਨ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਦੀ ਟੀਮ ਹੁਣ ਪ੍ਰੋਟੈਕਸ਼ਨ ਮਨੀ ਦੇ ਮਾਮਲੇ 'ਚ ਕਰਨ ਜਾ ਰਹੀ ਹੈ ਕੇਜਰੀਵਾਲ ਦੀ ਟੀਮ ਹੁਣ ਜੇਲ੍ਹਾਂ 'ਚ ਕੈਦੀਆਂ ਨੂੰ ਵੀਆਈਪੀ ਸਹੂਲਤ ਦੇਣ ਦੇ ਨਾਂ ਦੇ ਉੱਤੇ ਕਰਦੀ ਜਾ ਰਹੀ ਹੈ ਵੀਆਈਪੀ ਸਹੂਲਤ ਕਹਿੰਦੇ ਜੀ ਕੈਦੀਆਂ ਨੂੰ ਅੰਦਰ ਮੰੰਜਾ ਬਿਸਤਰਾ ਰੋਟੀ ਪਾਣੀ ਸਹੂਲਤ ਨੈੱਟ ਫੋਨ ਐ ਵਧੀਆ ਗੱਦੇ ਘਰ ਦੀ ਰੋਟੀ ਸਾਰਾ ਪ੍ਰਬੰਧ ਇਹ ਦਿੱਲੀ ਦੀਆਂ ਜੇਲ੍ਹਾਂ ਦੇ ਹਵਾਲੇ ਨਾਲ ਖਬਰ ਹੈ ਚਲੋ ਕੀ ਐ ਖਬਰ ਤੁਸੀਂ ਕੋਈ ਫਲੈਟ ਲੈਣਾ ਹੈ ਕੰਪਨੀ ਨੇ ਫਲੈਟ ਬਣਾਉਣਾ ਸ਼ੁਰੂ ਕੀਤੇ ਨੇ ਅਜੇ ਢਾਂਚਾ ਵੀ ਖੜਾ ਨਹੀਂ ਹੋਇਆ ਹੁੰਦਾ ਕਿ 500 ਫਲੈਟ ਬਣਨੇ ਆ ਜੀ ਇੱਥੇ ਤੇ ਉਧਰ ਇਸ਼ਤਿਹਾਰ ਜਾਰੀ ਹੋ ਜਾਂਦੇ ਨੇ ਮੀਡੀਆ 'ਚ ਐ ਅਖਬਾਰਾਂ 'ਚ ਚੈਨਲਾਂ 'ਚ ਸੋਸ਼ਲ ਮੀਡੀਆ 'ਤੇ ਤੇ ਫਿਰ ਲੋਕ ਫਲੈਟ ਦੇਖਣ ਜਾਂਦੇ ਨੇ ਤੇ ਕਹਿੰਦੇ ਜੀ ਬਣ ਕੇ ਤਾਂ ਅਗਲੇ ਸਾਲ ਤਿਆਰ ਹੋਊਗਾ ਪਰ ਸੈਂਪਲ ਫਲੈਟ ਤਿਆਰ ਸੋ ਸੈਂਪਲ ਫਲੈਟ ਦਿਖਾ ਕੇ ਜਿਹੜਾ ਅੰਦਰ ਹੈ ਲਾਲ ਅਸ਼ਕਰ ਚਮਕਦਮ ਕ ਡੈਨਿਕ ਟੇਬਲ ਬੈੱਡ ਸ਼ੈੱਡ ਲਾ ਕੇ ਰਸੋਈ ਰਸੋਈ ਦਾ ਸਮਾਨ ਲਾ ਕੇ ਐਨ ਫੁੱਲ ਬੂਟੇ ਲਾ ਕੇ ਹੈ ਨਾ ਉਸ ਜਾਇਆ ਹੁੰਦਾ ਤੇ ਉਹਨੂੰ ਦਿਖਾ ਕੇ ਜਿਹੜਾ ਢਾਂਚਾ ਖੜਾ ਜੇ ਸਾਲ ਨੂੰ ਬਣਨਾ ਹੈ ਉਹ ਚ ਪਤਾ ਨਹੀਂ ਐਨ ਉਹੇ ਜਾ ਕੁਝ ਹੋਊਗਾ ਜਾਂ ਨਹੀਂ ਹੋਊਗਾ ਉਹ 500 ਫਲੈਟ ਵੇਚ ਦਿੰਦੇ ਨੇ ਅਗਲੇ ਸਤਿੰਦਰ ਜੈਨ ਦਿੱਲੀ ਦੇ ਮੰਤਰੀ ਰਹੇ ਸਿਹਤ ਮੰਤਰੀ ਅੱਜ ਕੱਲ ਸਿਹਤ ਵਿਗੜਨ ਕਰਕੇ ਕਹਿੰਦੇ ਜਮਾਂਤ ਮੇਲੀ ਹੋਈ ਆ ਉਹ ਅੰਦਰ ਰਹੇ ਤੇ ਉਹਨਾਂ ਦੀ ਬੈਰਕ ਕਹਿੰਦੇ ਸਿੰਪਲ ਫਲੈਟ ਸੀ ਸਿੰਪਲ ਬੈਰਕ ਸੀ ਹੋਰ ਕੈਦੀਆਂ ਲਈ ਕਿ ਆ ਦੇਖੋ ਸਿੰਦਰ ਜੈਨ ਜੇਲ ਚ ਕਹਿੰਦੇ ਰੋਟੀ ਘਰ ਦੀ ਖਾਂਦਾ ਘਰ ਦਾ ਟਿਫਨ ਆਉਂਦਾ ਮ사ਜ ਵੀ ਹੁੰਦੀ ਮਾਲਿਸ਼ ਵੀ ਹੁੰਦੀ ਹੈਨਾ ਬਿਊਟੀ ਪਾਰਲਰ ਵੀ ਅੰਦਰ ਹੈ ਦਫਤਰ ਵੀ ਅੰਦਰ ਹੈ ਫਾਈਲਾਂ ਵੀ ਅੰਦਰ ਆਉਂਦੀਆਂ ਮੇਜ਼ ਕੁਰਸੀ ਵੀ ਮਿਲਿਆ ਗੱਦਾ ਵੀ ਮਿਲਿਆ ਨੌਕਰ ਚਾਕਰ ਵੀ ਮਿਲੇ ਸੋ ਕੀ ਸਿੰਦਰ ਜੈਨ ਨੇ ਆਪਣੀ ਬੈਰਕ ਨੂੰ ਸਿੰਪਲ ਬੈਰਕ ਵਜੋਂ ਜੇਲ ਚ ਵੇਚਿਆ ਸੀਬੀਆਈ ਨੇ ਉਪ ਰਾਜਪਾਲ ਤੋਂ ਮਨਜ਼ੂਰੀ ਲੈ ਕੇ ਕਾਰਵਾਈ ਵੱਡੀ ਕੇ ਜੀ ਅਸੀਂ ਐਫ ਆਈ ਆਰ ਕਰਨੀਆਂ ਐ ਇਹਦੇ ਉੱਤੇ ਸਿੰਦਰ ਜੈਨ ਦੇ ਉੱਤੇ ਜਿਹੜੇ ਦੇ ਸਾਥੀਆਂ ਦੇ ਉੱਤੇ ਸਵਾਲ ਖੜੇ ਹੋਏ ਨੇ ਕਿ ਪਾਈ ਇਹਨੇ ਜੇਲ੍ਹਾਂ ਚ ਵੀ ਆਈ ਪੀ ਸਹੂਲ ਦੇਣ ਦੇ ਲਈ ਪ੍ਰੋਟੈਕਸ਼ਨ ਮਨੀ ਲਈਆ ਉਸ ਕੇਜ ਠੱਗ ਦੇ ਹਵਾਲੇ ਨਾਲ ਕਹਿੰਦੇ 10 ਕਰੋੜ ਦਾ ਉਹ ਤੋਂ ਹੀ ਲੈ ਲਿਆ ਕਦੇ ਉਹਨੂੰ ਕਹਿੰਦੇ ਸੀ ਤੈਨੂੰ ਰਾਸਵਾਬੇਜਣਾ ਕਦੇ ਕਹਿੰਦੇ ਸੀ ਤੈਨੂੰ ਲੋਕ ਸਭਾ ਦੀ ਟਿਕਟ ਦੇਣੀ ਕਦੇ ਕਹਿੰਦੇ ਜੇਲ੍ਹ ਚ ਆ ਗਿਆ ਅੱਛਾ ਉਹ ਆਪ ਹੀ ਠੱਗ ਆ ਆਪ ਠੱਗਿਆਂ ਦੇ ਮਾਮਲੇ ਚ ਫਸਿਆ ਤੇ ਪਰ ਉਹ ਕਹਿੰਦਾ ਜੀ ਮੇ ਤੋਂ ਆ ਕੇਜਰੀਵਾਲ ਦੀ ਚੈਟ ਦੇਖ ਲਓ ਜੀ ਆਮਨੂ ਸੁਨਿਆਹ ਦੇਖ ਲਓ ਜੀ ਉਹ ਵਕੀਲਾ ਨੂੰ ਆਪਣੇ ਨੂੰ ਭੇਜਦਾ ਰਹਿੰਦਾ ਅਦਾਲਤ ਚ ਪੇਸ਼ ਹੁੰਦੇ ਰਹਿੰਦੇ ਨੇ ਪਰ ਹੁਣ ਮਾਮਲਾ ਸੀਬੇ ਨੇ ਆਪਣੇ ਕੰਟਰੋਲ ਚ ਲੈ ਲਿਆ ਤੇ ਉਹ ਕਹਿੰਦਾ ਜੀ ਮੇਰੇ ਤੋਂ ਡਾਇਰੈਕਟ ਜੈਨ ਜਾਂ ਜੈਨ ਦੇ ਬੰਦਿਆਂ ਜਾਂ ਬਖੂ ਖਵਾਲੇ ਨੂੰ 10 ਕਰੋੜ ਲਿਆ ਗਿਆ ਪਹਿਲਾਂ ਤੁਹਾਨੂੰ ਵੀ ਹਿਸਾਬ ਦੇਣਾ ਪੈਣਾ ਕਿ 10 ਕਰੋੜ ਤੇਰੇ ਕੋਲ ਆਇਆ ਕਿੱਥੋਂ ਕਿਵੇਂ ਦਿੱਤਾ ਕਿਹੜੇ ਖਾਤੇਆਂ ਰਾਹੀਂ ਦਿੱਤਾ ਤੇ ਫਿਰ ਜਿਨ੍ਹਾਂ ਨੇ ਲਿਆ ਉਹਨਾਂ ਨੇ ਕਿੱਥੇ ਖਪਾਇਆ ਸੋ ਇਸ ਲਈ ਕੀ ਇਹ ਮਾਮਲਾ ਕੱਲ੍ਹ ਸਤਿੰਦਰ ਜੈਨ ਤੱਕ ਰੁਕਣਾ ਜਾਂ ਦਿੱਲੀ ਦੀ ਸ਼ਰਾਬ ਨੀਤੀ ਤੋਂ ਬਾਅਦ ਇੱਕ ਹੋਰ ਮਾਮਲੇ 'ਚ ਕੇਜਰੀਵਾਲ ਤੇ ਉਹਦੀ ਟੀਮ ਕਿਰ ਸਕਦੀ ਆ ਉਹ ਹੈ ਜੇਲ੍ਹਾਂ ਦੇ ਅੰਦਰ ਪੈਸੇ ਵਾਲੇ ਧਨਾੜ ਹੈ ਠੱਗ ਚੋਰ ਵੱਡੇ ਮਾਮਲਿਆਂ 'ਚ ਘਿਰੇ ਹੋਏ ਵੱਡੀ ਪੈਸੇ ਦੀ ਤਾਕਤ ਵਾਲੇ ਕੈਦੀਆਂ ਨੂੰ ਜੇਲ੍ਹ ਦੇ ਅੰਦਰ ਵੀਆਈਪੀ ਸਹੂਲਤ ਦੇਣ ਦੇ ਨਾਂ ਤੇ ਪ੍ਰੋਟੈਕਸ਼ਨ ਮਨੀ ਵਸੂਲਣ ਦਾ ਸੋ ਕੀ ਇਹ ਮਾਮਲਾ ਕੱਲਾ ਜਨ ਤੱਕ ਰੁਕਣਾ ਜਾਂ ਕੇਜਰੀਵਾਲ ਤੇ ਉਹਦੀ ਟੀਮ ਸਮੁੱਚੀ ਕਿਰ ਸਕਦੀ ਆ ਇਹਦੀਆਂ ਖਾਸੀਆਂ ਚਰਚਾਵਾਂ ਦਿੱਲੀ ਚ ਹੋ ਗਈਆਂ ਨੇ ਜਿਸ ਨੂੰ ਲੈ ਕੇ ਖਬਰ ਸੜ ਤੱਕ ਕਪੜੀ ਤੇ ਅਸੀਂ ਤੁਹਾਡੇ ਤੱਕ ਲੈ ਕੇ ਆਪਦੇ ਹਾਂ ਸੋ ਇਸ ਲਈ ਬਖੋ ਪਹਿਲੋਂ ਤੇ ਖਬਰਾਂ ਲੈ ਕੇ ਸੀ ਹਾਜ਼ਰ ਹੋਣੀਆਂ ਤੁਸੀਂ ਦੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ